ਮੁੜ ਕੇ ਜੱਸੀ ਕਹਿੰਦੇ ਅਤੇ ਮੁੜ ਕੇ ਤਿਆਰ ਤਿਆਰ ਹੋ ਕੇ ਅਤੇ ਇੱਧਰ ਸਟੇਸ਼ਨ ਨੂੰ ਆ ਗਏ, ਰੋਟੀ ਪਾਣੀ ਖਾ ਕੇ ਆਏ ਅਤੇ ਮੁੜ ਕੇ ਬੱਚੇ ਨਾਲ ਹੀ ਦੋ ਉਹਨਾਂ ਨੂੰ ਨਾਲ ਲੈ ਕੇ ਅਤੇ ਉਹ ਜਦੋਂ ਗੱਡੀ ਟ੍ਰੇਨ ਆਈ ਉਹਦੇ ਥੱਲੇ ਹੋ ਗਿਆ। ਤਿੰਨ ਕੁ ਸਾਲ ਮੁੰਡੇ ਤਿੰਨ ਕੁ ਸਾਲ ਅਤੇ ਗੁੜੀਆ ਦੀ ਸੱਤ ਸਾਲ। ਕਾਰਨ ਦਾ ਨਹੀਂ ਜੇ ਪਤਾ ਭਾਅ ਜੀ, ਰੇਲਵੇ ਸਟੇਸ਼ਨ ਪਰ ਸਾਨੂੰ ਰੇਲਵੇ ਸਟੇਸ਼ਨ ਮਾਸਟਰ ਨੇ ਮੈਂ ਇਤਲਾਹ ਦਿੱਤੀ ਕਿ ਸ਼ੂਗਰ ਮਿਲ ਦੇ ਕੋਲ ਗੁੜਸ ਟ੍ਰੇਨ ਦੇ ਨਾਲ ਸੁਸਾਈਡ ਬੱਚਿਆਂ ਸਮੇਤ ਕੀਤੀ ਹੈ, ਜਿਸ ਦੇ ਇਤਲਾਹ ਪਰ ਮੌਕਾ ਪਰ ਪਹੁੰਚੇ, ਮੌਕਾ ਪਰ ਪਹੁੰਚ ਕੇ ਉਸਦੇ ਉਹਦੇ ਵਾਰਸ ਅਤੇ ਮੋਹਤਬਰ ਵਿਅਕਤੀ ਪਿੰਡ ਦੇ ਉੱਥੇ ਸਾਰੇ ਮੌਜੂਦ ਸਨ, ਜਿਨ੍ਹਾਂ ਨੇ ਦੱਸਿਆ ਵੀ ਇਹ ਇੱਕ ਹਫ਼ਤੇ ਤੋਂ ਜਿਹੜਾ ਪਿੰਡ ਜਿਹੜਾ ਲਾਗੇ ਉੱਥੇ ਆਇਆ ਹੋਇਆ ਸੀ ਆਪਣੀ ਭੈਣ ਕੋਲ ਅਤੇ ਪਰੇਸ਼ਾਨ ਰਹਿੰਦਾ ਸੀ। ਇਹਦੀ ਲੱਤ ਦਾ ਆਪਰੇਸ਼ਨ ਹੋਇਆ ਸੀ ਅਤੇ ਇਹ ਆਪਰੇਸ਼ਨ ਜਿਹੜਾ ਕਰਵਾਉਣ ਦੇ ਬਾਵਜੂਦ ਇਹਦੀ ਲੱਤ ਜਿਹੜੀ ਠੀਕ ਨਹੀਂ ਸੀ ਅਤੇ ਵਿਹਲਾ ਸੀ, ਕੰਮ ਕਾਰ ਨਹੀਂ ਸੀ ਕਰਦਾ ਅਤੇ ਇਹਦਾ ਖੁਦਕੁਸ਼ੀ ਦਾ ਕਾਰਨ ਦਾ ਕੋਈ ਹੋਰ ਕੋਈ ਸਾਨੂੰ ਪਤਾ ਨਹੀਂ ਲੱਗਾ। ਇਹ ਕਰਦਾ ਇਹਦੀ ਮਾਤਾ ਸਾਡੇ ਕੋਲ ਆਈ ਆ, ਕਹਿੰਦੀ ਕਿਸੇ ਨਾਲ ਸਾਡਾ ਕੋਈ ਲੜਾਈ ਝਗੜਾ ਨਹੀਂ ਸੀ, ਨਾ ਕੋਈ ਵੈਰ ਵਿਰੋਧ ਸੀ, ਅਸੀਂ ਕਿਸੇ ਦੇ ਕੋਈ ਖਿਲਾਫ਼ ਕਾਰ ਵੀ ਨਹੀਂ ਕਰਨਾ ਚਾਹੁੰਦੇ। ਬੱਚਾ ਇੱਕ ਜਿਹੜਾ ਸੀ ਇਹਦਾ 4 ਸਾਲ ਦਾ ਸੀ, ਉਹ ਮੌਕੇ 'ਤੇ ਉਹਦੀ ਡੈਥ ਹੋ ਗਈ ਸੀ। ਇੱਕ ਲੜਕੀ ਸੀ ਜਿਹੜੀ 6 ਸਾਲ ਦੀ ਜਸਨਪ੍ਰੀਤ ਕੌਰ, ਉਹਨੂੰ ਜਿਹੜਾ ਰੈਫਰ ਅੰਮ੍ਰਿਤਸਰ ਕਰ ਦਿੱਤਾ ਗਿਆ। ਇਹਦੇ ਮਾਤਾ ਦੇ ਬਿਆਨਾਂ ਦੇ ਅਸੀਂ ਜਿਹੜੀ 174 ਦੀ ਕਾਰਵਾਈ ਜਿਹੜੀ ਹੈ ਅਮਲੇ 'ਚ ਲਿਆਂਦੀ ਹੈ। ਕੋਈ ਕਾਰਨ ਦੱਸਦਾ ਉਹ ਤਾਂ ਉਹਨੂੰ ਪਤਾ ਹੋਊ। ਮੌਕੇ 'ਤੇ ਫਿਰ ਮੁੰਡੇ ਪਿੰਡ ਦੇ ਸੀ, ਉਹ ਇੱਧਰੋਂ ਸ਼ਹਿਰੋਂ ਜਾਣ ਡੇ ਬਟਾਲੇ। ਅਸੀਂ ਤਾਂ ਚਲੋ ਅੰਮ੍ਰਿਤਸਰ ਤੋਂ ਆਏ, ਅਸੀਂ ਆਪ ਸਿੱਖ ਕਰਨੀ ਹੈ ਭਾਅ ਜੀ, ਅਤੇ ਚਲੋ ਜੋ ਵੀ ਆ ਬਹੁਤ ਮਾੜਾ ਹੋਇਆ। ਕੋਈ ਚਾਂਸ ਦਾ ਪਤਾ ਨਹੀਂ ਲੱਗਾ, ਮੈਂ ਤਾਂ ਬਟਾਲੇ ਨੂੰ ਆਉਂਦਿਆ ਸੀ ਅਤੇ ਮੇਰੀ ਨੂੰਹ ਨੇ ਮੈਨੂੰ ਫੋਨ ਕੀਤਾ ਵੀ ਪਾਪਾ ਜੀ ਆਹ ਗੱਲ ਹੋ ਗਈ ਆ ਵੀ ਰੇਲ ਹਾਦਸਾ ਹੋ ਗਿਆ ਵਾ, ਅਤੇ ਉਹ ਜਿਹੜੇ ਪ੍ਰਾਹੁਣਾ ਇਹਨਾਂ ਦੇ ਘਰ ਆਇਆ ਸੀ ਸਰਪੰਚ ਦੇ ਘਰ ਮਿੰਟੂ ਦੇ ਬਲਕਾਰ ਸਿੰਘ, ਉਹ ਗੱਡੀ ਥੱਲੇ ਆ ਗਿਆ ਅਤੇ ਮੈਂ ਬਟਾਲੇ ਨਹੀਂ ਗਾ ਗਿਆ, ਮੈਂ ਵਾਪਸ ਇੱਥੋਂ ਕਾਦੀਆਂ ਵਾਲੇ ਫਾਟਕ 'ਤੇ ਵਾਪਸ ਚਲਾ ਗਿਆ ਅਤੇ ਮੈਂ ਜਾ ਕੇ ਵੇਖਿਆ ਵਾ ਅਤੇ ਉਹ ਸਾਰਾ ਖਿਲਰਿਆ ਪਿਆ ਸੀਗਾ, ਵੀ ਹੱਥੀਂ ਸਭ ਕੁਝ ਉਹਦਾ ਨਾ ਚੁੱਕ ਚੱਕ ਕੇ ਗੱਡੀ ਟਰਾਲੀ 'ਚ ਲੱਦ ਕੇ ਉਹਨੂੰ ਫਿਰ ਇੱਥੇ ਪਹੁੰਚਾਇਆ ਵਾ। ਅਸੀਂ ਸਾਰਾ ਹੀ ਉਹਨੂੰ ਇਕੱਠਾ ਕੀਤਾ ਵੀ ਅੱਜ ਮੈਂ ਜਾ ਕੇ ਆਪਣੀ ਅੱਖੀਂ ਵੇਖਿਆ ਵਾ ਵੀ ਜੋ ਉਹਦੇ ਨਾਲ ਹੋਇਆ।